ਅੱਜ 5 ਅਪ੍ਰੈਲ ਦਾ ਦਿਨ ਹੈ ਦੋਸਤੋ। ਜਲੰਧਰ ਦੇ ਵਿੱਚ ਪਤਾ ਨਹੀਂ ਕੀ ਹੋ ਰਿਹਾ, ਤੁਸੀਂ ਹੈਰਾਨ ਹੋਵੋਗੇ ਕਿ ਮੈਂ ਇਹ ਕੀ ਕਹਿ ਰਿਹਾ। ਵਾਕਿਆ ਹੀ ਮੈਂ ਠੀਕ ਕਹਿ ਰਿਹਾ, ਕਿਉਂਕਿ ਪਹਿਲਾਂ ਇੱਕ ਨਕਲੀ ਪੱਤਰਕਾਰ ਪੁਲਿਸ ਨੇ ਫੜਿਆ ਔਰ ਅੱਜ ਤੁਸੀਂ ਬੜੇ ਸੁਣ ਕੇ ਹੈਰਾਨ ਹੋਵੋਗੇ ਕਿ ਇੱਕ ਦੁਆਬਾ ਚੌਕ ਦੇ ਵਿੱਚ ਪੁਲਿਸ ਨੇ ਇੱਕ ਮੋਟਰਸਾਈਕਲ ਸਵਾਰ ਐਸੇ ਨੂੰ ਫੜਿਆ ਹੈ ਜਿਸ ਮੋਟਰਸਾਈਕਲ ਦੇ ਅੱਗੇ ਪੁਲਿਸ ਲਿਖਿਆ ਹੋਇਆ। ਉਹ ਬਹੁਤ ਹੀ ਹੈਰਾਨੀ ਦੀ ਗੱਲ ਹੈ ਕਿ ਕਦੀ ਜਾਲੀ ਪੱਤਰਕਾਰ ਔਰ ਕਦੀ ਜਾਲੀ ਪੁਲਿਸ ਵਾਲੇ ਬਣ ਕੇ ਲੋਕ ਘੁੰਮ ਰਹੇ ਹਨ ਔਰ ਮਜ਼ੇ ਦੀ ਗੱਲ ਇਹ ਹੈ ਕਿ ਉਸਦੇ ਕੋਲੋਂ ਕੋਈ ਵੀ ਕਾਗਜ਼ ਨਹੀਂ ਮਿਲਿਆ। ਸੋ ਉਸ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਸੋ ਬਹੁਤ ਹੀ ਅੱਛੇ ਢੰਗ ਦੇ ਨਾਲ ACP ਅਸ਼ਵਨੀ ਕੁਮਾਰ ਔਰ ਸ਼ਸ਼ੀਪਾਲ ਜੀ ਜਿਨ੍ਹਾਂ ਨੇ ਕਿ ਬਹੁਤ ਮੁਸਤੈਦੀ ਦੇ ਨਾਲ ਨਾਕਾ ਲਗਾਇਆ ਹੋਇਆ ਹੈ ਦੁਆਬਾ ਚੌਕ ਦੇ ਵਿੱਚ ਔਰ ਉਹਨਾਂ ਦੇ ਨਾਲ ਬਹੁਤ ਸਾਰੇ ਮੁਲਾਜ਼ਮ ਹੋਰ ਵੀ ਸਪੈਸ਼ਲ ਨਾਕੇ ਦੇ ਉੱਤੇ ਹਨ। ਸੋ ਇਸ ਤਰ੍ਹਾਂ ਕਦੀ ਨਕਲੀ ਪੱਤਰਕਾਰ ਕਦੀ ਨਕਲੀ ਪੁਲਿਸ ਵਾਲੇ ਬਣ ਕੇ ਲੋਕ ਘੁੰਮ ਰਹੇ ਹਨ। ਉਹਨਾਂ ਨੂੰ ਇਹ ਨਹੀਂ ਪਤਾ ਕਿ ਬਹੁਤ ਜਲਦੀ ਉਹਨਾਂ ਨੇ ਅੜਕੇ ਆ ਜਾਣਾ, ਕਿਉਂਕਿ ਜਿਨ੍ਹਾਂ ਦੇ ਕੋਲ ਅਸਲੀ ਪੁਲਿਸ ਵਾਲੇ ਹਨ ਜਾਂ ਜਿਹੜੇ ਅਸਲੀ ਪੱਤਰਕਾਰ ਹਨ ਉਹਨਾਂ ਨੂੰ ਬਕਾਇਦਾ ਗਵਰਨਮੈਂਟ ਨੇ ਪਾਸ ਇਸ਼ੂ ਕੀਤੇ ਹੋਏ ਹਨ। ਸੋ ਅਸੀਂ ਲੋਕਾਂ ਨੂੰ ਪੰਜਾਬ ਨਿਊਜ਼ ਚੈਨਲ ਵੱਲੋਂ ਵੀ ਅਪੀਲ ਕਰ ਰਹੇ ਹਾਂ ਕਿ ਇਸ ਤਰ੍ਹਾਂ ਤੁਸੀਂ ਵਾਰ ਵਾਰ ਗਲਤੀਆਂ ਨਾ ਕਰੋ, ਨਹੀਂ ਤਾਂ ਤੁਸੀਂ ਪੁਲਿਸ ਦੇ ਰਗੜੇ ਵਿੱਚ ਜ਼ਰੂਰ ਆ ਜਾਓਗੇ, ਪ੍ਰਸ਼ਾਸਨ ਦੇ ਰਗੜੇ ਦੇ ਵਿੱਚ ਜ਼ਰੂਰ ਆ ਜਾਓਗੇ। ਜਲੰਧਰ ਤੋਂ ਸੋਨੂੰ ਅਤੇ ਅਜੇ ਦੀ ਰਿਪੋਰਟ। ਸਰ ਆ ਜਿਹੜਾ ਅੱਜ ਤੁਸੀਂ ਨਾਕਾ ਲਾਇਆ ਅਤੇ ਦੁਆਬਾ ਚੌਂਕ ਸਪੈਸ਼ਲ, ਉਹਦੇ ਬਾਰੇ ਦੱਸਿਓ ਕਰਫਿਊ ਜਿਹੜੇ ਲੰਘਣਾ ਕਰਦੇ ਉਹਨਾਂ ਦਾ ਕੀ ਕੀਤਾ? ADCP ਹੈੱਡਕੁਆਰਟਰ ਸਰ ਜੀ, ਅਤੇ ਮੈਂ ਇੰਚਾਰਜ PCR ਹਾਂ, ਅਤੇ ਦੁਆਬਾ ਚੌਂਕ ਨਾਕਾ ਲਾਇਆ ਹੋਇਆ ਉਹਨਾਂ ਦੀ ਆਪਣੇ ADCP ਸਾਹਿਬ ਦੇ ਹੁਕਮਾਂ ਦੇ ਮੁਤਾਬਕ ਕੁਛ ਅੱਜ ਚਲਾਣ ਵੀ ਕੀਤੇ ਆ ਅਤੇ ਕੁਛ ਬੰਦ ਵੀ ਕੀਤੇ ਆ। ਅਸੀਂ ਮੋਟਰਸਾਈਕਲ ਜਿਹੜੇ ਕਰਫਿਊ ਦੀ ਉਲੰਘਣਾ ਕਰ ਰਹੇ ਹਨ, ਅਤੇ ਜਿਹੜੇ ਕਰਫਿਊ ਦੀ ਉਲੰਘਣਾ ਕਰ ਰਹੇ ਉਹਨਾਂ 'ਤੇ 188 ਪਰਚੇ, ਹਾਂ ਉਹਨਾਂ 'ਤੇ ਪੂਰੀ ਕਾਰਵਾਈ ਹੋ ਰਹੀ ਹੈ। ਜਿਹੜਾ ਕੋਈ ਬਿਲਕੁਲ ਜਿਹਦੇ ਕੋਲ ਕਾਗਜ਼ ਹੀ ਨਹੀਂ ਆ ਉਹ ਅਸੀਂ ਅਪਾਉਂਡ ਕਰ ਰਹੇ ਹਾਂ ਅਤੇ ਬਾਕੀਆਂ ਦੇ ਚਲਾਣ ਕਰ ਰਹੇ ਹਾਂ। ਇੱਕ ਮੋਟਰਸਾਈਕਲ ਹੁਣ ਭੇਜਿਆ ਵੀ ਹੈ, ਅਸੀਂ ਬੰਦੇ ਭੇਜੇ ਆ ਥਾਣੇ, ਉਹਦੇ 'ਤੇ ਵੈਰੀਫਾਈ ਕਰ ਰਹੇ ਹਾਂ ਜੇ ਉਹਨੇ ਪੁਲਿਸ ਲਿਖਾਇਆ ਹੋਇਆ, ਜੇ ਤਾਂ ਉਹ ਸਾਡਾ ਮਹਿਕਮੇ ਦਾ ਨਹੀਂ ਨਿਕਲਿਆ ਅਤੇ ਉਸ 'ਤੇ ਕਾਰਵਾਈ ਹੋਏਗੀ। ਸਰ ਕਿੰਨੇ ਕੁ ਚਲਾਣ ਕਰਤੇ ਤੁਸੀਂ ਹੁਣ ਤੱਕ? ਅਜੇ 7-8 ਤੱਕ, 6-7 ਕਰ ਸਕੇ ਅਸੀਂ ਹੁਣੇ। ਠੀਕ ਹੈ ਜੀ, ਅਤੇ ਬੰਦ ਕਿੰਨੇ ਕੀਤੇ? 4 ਕੁ ਬੰਦ ਕਰਤੇ, 4 ਬੰਦ ਹੈ। ਠੀਕ ਹੈ ਸਰ, ਥੈਂਕ ਯੂ ਜੀ।